ਹੈਲੋ ਭਾਜੀ ਆਵਾਜ਼ ਆ ਰਹੀ ਹੈ? ਹਾਂਜੀ ਬਿਲਕੁਲ ਆ ਰਹੀ ਹੈ। ਹਾਂਜੀ ਭਾਜੀ ਮੈਂ ਮਸ਼ਵਰਾ ਲੈਣਾ ਸੀ, ਮੈਂ 96 ਚ ਆਇਆ ਸਾਂ ਇਸ ਮੁਲਕ ਵਿੱਚ ਤੇ ਅਸਾਈਲਮ ਕਰਾਇਆ ਸੀ। ਠੀਕ ਹੈ ਜੀ। ਉਸ ਲਈ ਪਤਾ 6 ਮਹੀਨੇ ਬਾਅਦ ਕੰਮ ਦੀ ਪਰਮਿਸ਼ਨ ਦਿੰਦੇ ਹਨ, ਫਿਰ ਕੰਮ ਦੀ ਪਰਮਿਸ਼ਨ ਦੇ ਖੜੀ ਉਹਨੇ। ਠੀਕ ਹੈ ਜੀ। ਕੰਮ ਕਰਦਾ ਰਿਹਾ, ਸਾਰਾ ਕੁਛ ਠੀਕ ਜਾ ਰਿਹਾ। 2006 'ਚ ਫਿਰ ਮੈਂ ਸ਼ਾਦੀ ਕਰ ਲਈ ਇੱਥੇ। ਠੀਕ ਹੈ ਜੀ। ਉਹ ਵੀ ਇਲੀਗਲ ਸੀ, ਮੇਰੀ ਮਿਸਿਜ਼ ਵੀ ਤੇ ਫਿਰ ਮੇਰੇ 4 ਬੱਚੇ ਇੱਥੇ ਹੀ ਪੈਦਾ ਹੋਏ ਨੇ। ਚਲੋ ਵਧੀਆ। ਤੇ ਉਹਨਾਂ ਫਿਰ ਮੈਂ ਕੇਸ 2008 'ਚ ਪਾ ਖੜਿਆ ਲੈਗਸੀ 'ਚ ਤੇ ਹਿਊਮਨ ਰਾਈਟਸ 'ਚ। ਤੇ ਉਹ ਲੈਗਸੀ ਤੇ ਹਿਊਮਨ ਰਾਈਟਸ ਤੇ ਉੱਥੋਂ ਮੈਨੂੰ ਲੈਟਰ ਆਇਆ ਕਿ ਬਈ ਤੇਰਾ ਕੇਸ ਜਿਹੜਾ ਓਲਡ ਅਨਰਿਜ਼ੋਲਵਡ ਕੇਸ ਸੀ ਜੀ। ਹਾਂਜੀ ਬਿਲਕੁਲ। ਹਾਂ ਉਹ ਫਿਰ ਮੈਨੂੰ ਬਾਅਦ ਵਿੱਚ ਉਹਨਾਂ ਨੇ ਸਾਈਨ ਲਾਖੜੇ ਤੇ ਮੈਂ 2008 ਦਾ ਰੈਗੂਲਰ ਐਵਰੀ 2 ਵੀਕਸ ਮੈਂ ਤੇ ਮੇਰੀ ਮਿਸਿਸ ਸਾਈਨ ਤੇ ਜਾਂਦੇ ਆ ਰੈਗੂਲਰ। ਹਾਂਜੀ। ਕੋਈ ਮਿਸ ਨਹੀਂ ਕੀਤਾ। ਹਾਂਜੀ। ਲੇਕਿਨ ਹੁਣ ਉਹਨਾਂ ਮੇਰੀ ਕੰਮ ਦੀ ਪਰਮਿਸ਼ਨ ਕੈਂਸਲ ਕਰ ਦਿੱਤੀ। ਹਾਂਜੀ ਉਹ ਕਰ ਦਿੰਦੇ ਹੁੰਦੇ ਆ। ਹਾਂਜੀ। ਤੇ ਹੁਣ ਮੈਨੂੰ ਹੋ ਗਏ ਨੇ 15 ਸਾਲ ਇਸ ਕੰਟਰੀ। ਹਾਂਜੀ। ਕੋਈ ਕ੍ਰਿਮੀਨਲ ਅਫੈਂਸ ਨਹੀਂ, ਕੋਈ ਕੁਛ ਨਹੀਂ, ਬੱਚੇ ਵੀ ਇੱਥੇ ਪੈਦਾ ਹੋਏ ਨੇ ਤੇ ਕੋਈ ਪਬਲਿਕ ਫੰਡ ਵੀ ਨਹੀਂ ਲਿਆ। ਹਾਂ। ਤੇ ਹੁਣ ਬਈ ਕੀ ਮੇਰੇ ਆ ਤੇ ਤੁਹਾਡੇ ਹੁਣ ਵੇਟ ਕਰੋ ਜੀ ਤੁਸੀਂ, ਤੁਹਾਡਾ ਕੇਸ ਜੋ ਅਸਾਈਲ ਲੈਗਸੀ ਦੇ ਬੈਕਲੌਗ ਚ ਹੈਗਾ ਆ, 2 ਲੱਖ ਕੇਸ ਹਲੇ ਪਿਆ ਆ ਲੈਗਸੀ ਦੇ ਵਿੱਚ ਜੋ ਕਿ ਹਲੇ ਫੈਸਲਾ ਨਹੀਂ ਹੋਇਆ। ਤੇ ਇਹਦੇ ਕੋਈ ਚਾਂਸ ਹੈ ਨਹੀਂ? ਚਾਂਸ ਹੈਗੇ ਆ ਜੀ, ਅਲਾ ਪਾ ਦੇ ਆ। ਚਾਂਸ ਹੈਗੇ ਆ ਜੀ, ਤੁਸੀਂ ਵੇਟ ਹੀ ਕਰੋ। ਵੇਟ ਕਰਾਂ? ਜਿੰਨਾ ਚਿਰ ਤੁਸੀਂ ਵੇਟ ਕਰੋਗੇ ਉਹੀ ਤੁਹਾਡੇ ਲਈ ਫਾਇਦੇਮੰਦ ਆ। ਲੇਕਿਨ ਅਗਰ ਕਰਾਂ ਤੇ ਦੇਣੇ ਹੀ ਨੀ ਤੁਹਾਨੂੰ ਕਿਉਂਕਿ ਤੁਹਾਡਾ ਅਸਾਈਲਮ ਰਿਫਿਊਜ਼ ਹੋਇਆ। ਹਾਂਜੀ। ਹਾਂਜੀ ਤੁਸੀਂ ਆਪ ਹੀ ਦੇਖੋ, ਜੇ ਤੁਸੀਂ ਕਿਸੇ ਦੇ ਉੱਤੇ ਮਹਿਮਾਨ ਆ ਕੇ ਬੋਝ ਬਣਦੇ ਆ ਨੌਕਰ ਕਿਆ ਤਾਂ ਨਖਰਾ ਕਿਆ ਕਹਿੰਦੇ ਹੁੰਦੇ। ਨਹੀਂ ਉਹ ਫਿਰ ਵੈਸੇ ਵੀ ਹੁਣ ਅੱਧੀ ਲਾਈਫ ਇੱਥੇ ਮੇਰੀ ਗੁਜ਼ਰੇ 22 ਸਾਲ ਦਾ ਆਇਆ ਨਾ ਤੇ 40 ਸਾਲ। ਉਹ ਤਾਂ ਜੀ ਮੰਨਦੇ ਆ ਇਹ, ਪਰ ਇਹ ਕਹਿੰਦੇ ਸੀ ਹੁਣ ਇਹ ਕਹਿੰਦੇ ਅਸੀਂ ਥੋੜੀ ਸੱਦਿਆ ਹੁਣ। ਸਹੀ ਗੱਲ ਹੈ। ਹਾਂ ਜੀ ਹੁਣ ਇਹ ਤਾਂ ਇਹਦੇ ਵਿੱਚ ਤਾਂ ਵੇਟ ਹੀ ਕਰ ਸਕਦੇ ਆ। ਬਸ ਟਿਕੇ ਰਹੋ ਜੀ, ਬਸ ਵੇਟ ਹੀ ਕਰੋ, ਕੋਈ ਗੱਲ ਨੀ, ਗੁੱਡ ਨਿਊਜ਼ ਆਏਗੀ ਮੇਰਾ ਵੀਰ। ਚਿੱਠੀ ਆਈ ਕਿ ਅਨਰਿਜ਼ੋਲਵ ਕੇਸਿਸ ਵਿੱਚ ਆ, ਉਹ ਗੁੱਡ ਨਿਊਜ਼ ਹੁੰਦਾ ਮੇਰਾ ਵੀਰ। ਠੀਕ ਹੈ ਜੀ। ਸੋ ਇਹ ਜਿਹੜੇ ਲੈਗਸੀ ਦੇ ਆ, ਚਲੋ ਵਧੀਆ ਹੋਇਆ ਲੈਗਸੀ 'ਤੇ ਆ ਕੇ ਗੱਲ ਟੁੱਕੀ, ਕਿਉਂਕਿ ਬਹੁਤ ਲੋਕ ਪੁੱਛਦੇ ਆ ਫੋਨ ਕਰਕੇ, ਪੁੱਛਦੇ ਭਾਜੀ ਲੈਗਸੀ ਦਾ ਕੀ ਬਣੂ, ਕੁਛ ਬਣੂ, ਸੁਣਿਆ ਬੰਦ ਹੋ ਰਹੀ ਆ। ਦੇਖੋ ਜਿਹੜੇ ਕੇਸ ਇਹਨਾਂ ਕੋਲ ਪਏ ਆ ਉਹ ਕਲੀਅਰ ਕਰਨੇ ਹੀ ਪੈਣੇ ਇਹਨਾਂ ਨੂੰ, ਉਹ ਇੱਦਾਂ ਦੀ ਗੱਲ ਨਹੀਂ ਕਿ ਉਹ ਇੱਦਾਂ ਹੀ ਰਹਿਣ ਦੂਗੇ, ਕੋਈ ਨਾ ਕੋਈ ਜਵਾਬ ਦੇਣਾ ਹੀ ਪੈਣਾ। 2 ਲੱਖ ਕੇਸ ਪਿਆ ਇਹਨਾਂ ਕੋਲ ਹਲੇ ਜੋ ਇਹਨਾਂ ਨੇ ਰਿਜ਼ੋਲਵ ਕਰਨਾ। ਅੱਗੇ ਟੀਮਾਂ 20 ਹੁੰਦੀਆਂ ਸੀਗੀਆਂ, ਹੁਣ ਸਿਰਫ ਇੱਕੋ ਹੀ ਟੀਮ ਆ, ਲਿਵਰਪੂਲ ਬੈਠੀ ਆ, 2 ਕੁ ਬੰਦੇ ਆ ਉੱਥੇ। ਉਹ ਹੁਣ ਮਜ਼ੇ ਜੇ ਨਾ ਕਰਨ ਦਿਓ, ਆ ਵਿਚਾਰੇ ਉਹ ਕਿੰਨਾ ਕਰ ਲੈਣ ਹੁਣ 2 ਬੰਦੇ, ਤੁਸੀਂ ਆਪੇ ਦੇਖੋ। 2 ਲੱਖ ਫਾਈਲ ਕਹਿਣਾ ਸੌਖਾ ਆ, ਤਾਂ 2 ਲੱਖ ਫਾਈਲ ਜੇ ਪਈ ਹੋਵੇ ਤਾਂ ਬੰਦਾ ਦੇਖ ਕੇ ਗਸਈ ਆ ਜਾਂਦੀ ਆ। ਸਰ ਵੇਟ ਕਰੋ, ਵੇਟ ਕਰੋ, ਵੇਟ ਕਰੋ ਮੇਰਾ ਵੀਰ। ਅਤੇ ਹੁਣ ਇਹ ਨਹੀਂ ਕਿ ਕਾਹਲੀ ਕਾਹਲੀ ਹੁਣ ਸਾਰਾ ਕੁਛ ਆਊਗਾ, ਹੁਣ ਵੇਟ ਕਰ ਲਓ। ਜਿੱਦਾਂ ਤੁਸੀਂ ਇਹਨਾਂ ਨੂੰ ਤੰਗ ਕੀਤਾ, ਮਾੜੇ ਇਹਨਾਂ ਦਾ ਵੀ ਹੱਕ ਬਣਦਾ ਹੁਣ ਤੁਹਾਨੂੰ ਥੋੜ੍ਹੇ ਤੰਗ ਕਰਨ ਦਾ। ਸਰ ਇਹ ਹੱਥ ਨੂੰ ਹੱਥ ਹੁੰਦਾ, ਬਾਕੀ ਮੈਂ